ਲਾਲੀਵੁੱਡ ਦੀ ਮਾਰੂਫ ਅਦਾਕਾਰਾ ਮੀਰਾ ਜਿੰਦਾ ਅਸਲੀ ਨਾਂ ਇਰਤਜ਼ਾਰੂ ਬਾਬ ਹੈ ਤਾਹਾਲ ਸ਼ਾਦੀ ਕੋ ਨਾ ਮੰਨਣ ਦੇ ਇਸਰਾਰ ਤੇ ਕਾਇਮ ਹਨ 3 ਅਗਸਤ ਕੋ ਅਤੀਕ ਰਹਿਮਾਨ ਸ਼ੇਖ ਨੇ ਮੀਰਾ ਨਾਲ ਸ਼ਾਦੀ ਸ਼ੁਦਾ ਹੋਣ ਦਾ ਦਾਅਵਾ ਕੀਤਾ ਅਤੇ ਨਿਕਾਹ ਨਾਮਾ ਸਮੇਤ ਤਸਵੀਰ ਅਤੇ ਆਡੀਓ ਟੇਪ ਵੀ ਮੀਡੀਆ ਦੇ ਸਾਹਮਣੇ ਘਿਣ ਆਇਆ ਬਾਤ ਕਰੀ ਹੋ ਤੁਮਸੇ ਮੈਂ ਇਰਤਜ਼ਾ ਨੇ ਬਾਤ ਕਰੀ ਮੇਰਾ ਤੁਮਸੇ ਜੋ ਆਲਰੇਡੀ ਖਤਮ ਹੋ ਚੁੱਕਾ ਹੈ ਪੇਪਰ ਸੇ ਕੁਛ ਨਹੀਂ ਹੋਤਾ ਅੱਛਾ ਪੇਪਰ ਹੋਤਾ ਤੁਮ ਹਾਂ ਪੇਪਰ ਸੇ ਮੁਝੇ ਕੋਈ ਫਰਕ ਨਹੀਂ ਪੜਤਾ ਪੇਪਰ ਹੋਤਾ ਤੁਹਾਰੀ ਉਸਕੇ ਲਈ ਹੋਗਾ ਪੇਪਰ ਮੇਰੇ ਲਈ ਤੁਹਾਰੇ ਮੇਰੇ ਔਰ ਤੁਹਾਰੇ ਪੇਪਰ ਕੀ ਕੋਈ ਅਹਿਮੀਅਤ ਨਹੀਂ ਥੀ ਤੁਮ ਆਪਣੇ ਘਰ ਮੈਂ ਆਪਣੇ ਘਰ ਪੇ ਖਤਮ ਔਰ ਮੁਝੇ ਨਾ ਐਕਸਪਲੋਇਟ ਕਰਨਾ ਨਾ ਮੁਝੇ ਬਦਨਾਮ ਕਰਨਾ ਪਲੀਜ਼ ਮੇਰਾ ਅੱਗੇ ਫਿਊਚਰ ਹੈ ਮੇਰੀ ਲਾਈਫ ਹੈ ਅੱਗੇ ਤਸਵੀਰ ਨੂੰ ਝੂਠਾ ਕਰਾਰ ਦਿੱਤਾ ਅਤੇ ਅਤੀਕ ਰਹਿਮਾਨ ਤੇ ਇਲਜ਼ਾਮ ਲਾਇਆ ਕਿ ਉਹ ਉਹਨਾਂ ਨੂੰ ਕਤਲ ਕਰਨਾ ਚਾਹੁੰਦਾ ਹੈ ਤਾਂ ਜੋ ਤਮਾਮ ਤਰ ਜਾਇਦਾਦ ਤੇ ਕਬਜ਼ਾ ਕਰ ਸਕੇ ਜਾਲੀ ਡਾਕੂਮੈਂਟ ਸਿਰਫ ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹਤੇ ਹੈ ਇਹ ਲੋਕ जो मेरी जायदाद है उस पर कब्जा करना चाहते हैं इसलिए इन्होंने ये अनलीगल डॉक्यूमेंट्स तैयार करवाए ताकि ये मेरी प्रॉपर्टी पे कब्जा कर सकें और ताकि मुझे मार के और ताकि ये अपनी सारी मेरी प्रॉपर्टी अपने नाम ट्रांसफर करवाए। इन्हें बाद मीरा ने एक निजी टीवी को इंटरव्यू दिता जिंदे विच उन्होंने अपने माँ प्यो भरा अते दीगर दी कसम चाह के आख्या कि उन्होंने अतीक रहमान नाल शादी कायम नहीं थी कुरान मजीद की कसम मेरा सगे भाई की कसम मेरी माँ मर जाए मेरा बाप मर जाए मैं बर्बाद हो जाऊं मेरे पे खाना खराब हो जाए मैं दुनिया में ना रहूं अगर जिंदगी में कभी ये प्रूव हो गया और कभी जिंदगी में ये मेरा शौर मैं बर्बाद हो जाऊं अदाकारा मीरा वजीर आला दी खुली कचहरी च भी इंसाफ किते अपनी दरखास्त गिन के पहुंच गई जिथा उन्होंने इंसाफ देवण दी यकीन दहानी कराई गई अदाकारा मीरा दे मुताबिक ए उन्ना ते कातलाना हमला हा ਉਹਨਾਂ ਦਾ ਆਖਣ ਹੈ ਕਿ ਇਹੋ ਜਿਹੇ ਸ਼ੋਬੇਜ਼ 'ਤੇ ਜਿਹੜੇ ਹਮਲੇ ਥੀਂਦੇ ਪੈਣ ਇਹ ਗਲਤ ਹਨ ਔਰ ਇਹ ਆਰਟ ਨੂੰ ਤਬਾਹ ਕਰਨ ਦੇ ਮੁਤਰਾਦਿਫ ਹਨ ਉਹਨਾਂ ਦਾ ਆਖਣ ਹੈ ਕਿ ਹਕੂਮਤ ਏ ਪੰਜਾਬ ਉਹਨਾਂ ਦੀ ਪੂਰੀ ਸਪੋਰਟ ਕਰੇ ਤਾਂ ਜੋ ਸ਼ੋਬੇਜ਼ ਅੱਛੇ ਤਰੀਕੇ ਨਾਲ ਫਲ ਫੁੱਲ ਸਕੇ ਮੁਹੰਮਦ ਜਾਵੇਦ ਗਫਾਰੀ ਰੋਹੀ ਟੀਵੀ ਲਾਹੌਰ